ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹ ਜਿਹੜੀ ਅੱਜ ਦੀ ਵੀਡੀਓ ਆ ਇਹ ਹੈਗੀ ਆ ਇਹ ਵੀ ਯੂਰਪ ਦੇ ਇੱਕ ਕੰਟਰੀ ਦੀ ਆਪਾਂ ਗੱਲ ਕਰਾਂਗੇ ਅੱਜ ਤੇ ਇਹਦੇ ਵਿੱਚ ਗੱਲ ਕਰਾਂਗੇ ਯੂਕਰੇਨ ਦੀ ਅ ਅੱਜਕੱਲ ਜਿਹੜਾ ਮੁੱਦਾ ਮੇਨ ਚੱਲਦਾ ਪਿਆ ਉਹ ਸ਼ੇਨਗਨ ਜ਼ੋਨ ਵਿੱਚ ਕੁਝ ਕੰਟਰੀਆਂ ਦੇ ਐਂਟਰ ਹੋਣ ਦਾ ਕੋਜੀ ਯੂ ਵਿੱਚ ਐਂਟਰ ਹੋਣ ਬਾਰੇ ਜਿਹੜੀ ਚਰਚਾ ਦੇ ਵਿੱਚ ਚੱਲਦੇ ਪਏ ਆ ਅ ਰូមਾਨੀਆ ਬਲਗਰੀਆ ਦਾ ਆਲਰੇਡੀ ਮੁੱਦਾ ਚੱਲਦਾ ਪਿਆ ਚੈਂਬਰ ਜਨ ਜਨ ਦੇ ਵਿੱਚ ਸ਼ਾਮਲ ਹੋਣ ਦਾ ਹਨ ਇਹਨਾਂ ਦਾ ਅੱਡ ਜੋਰ ਲੱਗਦਾ ਪਿਆ ਇਹਨਾਂ ਦੀ ਅੱਡ ਗੱਲਬਾਤ ਹੋ ਰਹੀ ਹੈ ਆਪਣੀ ਗੱਲ ਰੱਖ ਰਹੇ ਹੋ ਆਪਣੀ ਰੱਖ ਰਹੇ ਇਹਦੇ ਵਿੱਚ ਇਸੇ ਰੋਲੇ ਦੇ ਵਿੱਚ ਇੱਕ ਹੋਰ ਜਿਹੜਾ ਨਵਾਂ ਜਿਹੜਾ ਵਾ ਮੁੱਦਾ ਯੂਰਪੀ ਯੂਨੀਅਨ ਦੇ ਵਿੱਚ ਚੱਲਦਾ ਪਿਆ ਵਾ ਉਹ ਚੱਲਦਾ ਪਿਆ ਯੂਕਰੇਨ ਨੂੰ EU ਦੇ ਵਿੱਚ ਸ਼ਾਮਲ ਕਰਨ ਦਾ ਯੂਰਪੀ ਯੂਨੀਅਨ ਦਾ ਮੈਂਬਰ ਬਣਾਉਣ ਦਾ ਬਟ ਉਹਦੇ ਵਿੱਚ ਵੀ ਕੁਝ ਪ੍ਰੋਬਲਮਾਂ ਜਿਹੜੀਆਂ ਚੱਲਦੀਆਂ ਪਈਆਂ ਆਪਾਂ ਵੀਡੀਓ ਚ ਡਿਟੇਲ ਚ ਗੱਲ ਕਰਾਂਗੇ ਜਿੱਦਾਂ ਹੁਣ ਤੁਹਾਨੂੰ ਪਤਾ ਕਿ ਲਾਸਟ ਈਅਰ ਜਿਹੜੀ ਵਾਰ ਲੱਗੀ ਸੀਗੀ ਰਸ਼ੀਆ ਤੇ ਯੂਕਰੇਨ ਦੀ ਉਹ ਵਾਰ ਦਾ ਕਾਰਨ ਇਹ ਸੀਗਾ ਕਿਉਂਕਿ ਯੂਕਰੇਨ ਜਿਹੜਾ ਉਹ ਨਾਟੋ ਦਾ ਮੈਂਬਰ ਬਣਨਾ ਚਾਹੁੰਦਾ ਸੀਗਾ ਯੂ ਦਾ ਮੈਂਬਰ ਬਣਨਾ ਚਾਹੁੰਦਾ ਸੀਗਾ ਬਟ ਰਸ਼ੀਆ ਕਹਿ ਰਿਹਾ ਸੀ ਕਿ ਇਹ ਸਾਡੇ ਵਿੱਚੋਂ ਨਿਕਲਿਆ ਵਾ ਤੇ ਇਸ ਇਸ ਕੰਟਰੀ ਦੇ ਸਾਡਾ ਅੱਖਾ ਇਸ ਕਰਕੇ ਅਸੀਂ ਇਹਨੂੰ ਯੂਰਪੀ ਯੂਨੀਅਨ ਵਿੱਚ ਜਾਂ ਯੂ ਵਿੱਚ ਨਹੀਂ ਅਸੀਂ ਸ਼ਾਮਲ ਹੋਣ ਦੇਵਾਂਗੇ ਜਾਂ ਨਾਟੋ ਵਿੱਚ ਅਸੀਂ ਨਹੀਂ ਸ਼ਾਮਲ ਹੋਣ ਦੇਵਾਂਗੇ ਇਸੇ ਕਰਕੇ ਜਿਹੜਾ ਰਸ਼ੀਆ ਉਹ ਹੱਕ ਜਤਾਉਂਦਾ ਸੀ ਕਿ ਯੂਕਰੇਨ ਦੇ ਵਿੱਚ ਕੁਝ ਇਦਾਂ ਦੇ ਏਰੀਆ ਇਦਾਂ ਦੇ ਪਾਰਟ ਆ ਜਿਹੜੇ ਸਾਡੇ ਆ ਇਸੇ ਗੱਲ ਤੋਂ ਜਿਹੜੀ ਵਾਰ ਲੱਗੀ ਸੀਗੀ ਵਾਰ ਨੂੰ ਅੱਜ 2 ਸਾਲ ਦੇ ਨੇੜੇ ਤੇੜੇ ਹੋ ਗਏ ਆ ਤੇ ਹਜੇ ਤੱਕ ਵਾਰ ਚੱਲੀ ਜਾ ਰਹੀ ਆ ਤਕਰੀਬਨ ਯੂਕਰੇਨ ਕਾਫੀ ਇਹਨਾਂ ਨੇ ਖਤਮ ਕਰ ਦਿੱਤਾ ਵਾ ਬਟ ਯੂਕਰੇਨ ਦੇ ਪ੍ਰੈਜ਼ੀਡੈਂਟ ਜਿਹੜੇ ਆ ਜ਼ੇਲੈਂਸਕੀ ਉਹ ਬੰਦਾ ਹਾਲੇ ਤੱਕ ਨਹੀਂ ਹਿੱਲਿਆ ਮਤਲਬ ਕਿ ਉਹ ਦੀ ਹਜੇ ਤੱਕ ਉਹ ਯੂਕਰੇਨ ਦੇ ਵਿੱਚ ਹੀ ਆ ਤੇ ਯੂਰਪੀ ਯੂਨੀਅਨ ਦੇ ਜਿੰਨੇ ਵੀ ਕੰਟਰੀ ਆ ਉਹਨਾਂ ਨੇ ਸਾਰਿਆਂ ਨੇ ਦੀ ਪੂਰੀ ਸਪੋਰਟ ਕੀਤੀ ਆ ਅ ਯੂਕਰੇਨ ਦੀ ਇਸ ਤੋਂ ਇਲਾਵਾ ਯੂਐਸ ਹੋਰ ਬਹੁਤ ਸਾਰੇ ਕੰਟਰੀ ਆ ਜਿਨ੍ਹਾਂ ਨੇ ਹਥਿਆਰਾਂ ਪ੍ਰਤੀ ਫਿਰ ਮੈਡੀਕਲ ਪ੍ਰਤੀ ਹੋਰ ਵੀ ਜਿੱਦਾਂ ਦੇ ਵੀ ਕੰਮਕਾਰ ਉਹਨਾਂ ਦੇ ਪ੍ਰਤੀ ਜਿਹੜੀ ਆ ਇਹਨਾਂ ਦੀ ਹੈਲਪ ਕੀਤੀ ਹੈ ਜਿਹੜੇ ਨਾਲ ਲੱਗਦੇ ਕੰਟਰੀ ਆ ਉਹਨਾਂ ਨੇ ਵੀ ਪੂਰੀ ਹੈਲਪ ਇਹਦੀ ਕੀਤੀ ਆ ਯੂਕਰੇਨ ਦੀ ਇਸ ਤੋਂ ਇਲਾਵਾ ਯੂਕਰੇਨ ਦੇ ਜਿੰਨੇ ਵੀ ਲੋਕ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਆ ਸਾਈਲਮ ਦਿੱਤੀ ਆ ਯੂਰਪੀ ਯੂਨੀਅਨ ਨੇ ਯੂਰਪੀ ਯੂਨੀਅਨ ਦੇ ਜਿੰਨੇ ਵੀ ਕੰਟਰੀ ਆ ਉਹਨਾਂ ਸਾਰਿਆਂ ਨੇ ਜਿਹੜੀ ਸਾਈਲਮ ਦਿੱਤੀ ਆ ਸਭ ਤੋਂ ਜ਼ਿਆਦਾ ਪੋਲੈਂਡ ਦੇ ਵਿੱਚ ਜਿਹੜੇ ਲੋਕ ਸਾਈਲਮ ਵਾਸਤੇ ਗਏ ਆ ਉਸ ਤੋਂ ਬਾਅਦ ਚ ਹੰਗਰੀ ਵਿੱਚ ਗਏ ਆ ਜਰਮਨ ਵਿੱਚ ਗਏ ਮਤਲਬ ਜਿਹੜੇ ਯੂਰਪੀ ਯੂਨੀਅਨ ਦੇ ਕੰਟਰੀ ਆ ਜਾਂ ਯੂਰਪ ਦੇ ਕੰਟਰੀ ਆ ਜਾਂ ਸ਼ੰਗਨ ਜ਼ੋਨ ਦੇ ਕੰਟਰੀ ਆ ਸਾਰਿਆਂ ਵਿੱਚ ਜਿਹੜਾ ਜਿਹੜੇ ਯੂਕਰੇਨ ਦੇ ਲੋਕ ਆ ਗਏ ਆ ਤਕਰੀਬਨ 50000 ਤੋਂ ਲੈ ਕੇ 70000 ਲੋਕ ਜਿਹੜੇ ਆ ਹਰਮਾਨੀਆ ਵਿੱਚ ਵੀ ਜਿਹੜੇ ਜਿਨ੍ਹਾਂ ਨੇ ਯੂਕਰੇਨ ਦੇ ਲੋਕ ਆ ਜਿਹੜੇ ਰਹਿ ਰਹੇ ਆ ਜਿਨ੍ਹਾਂ ਨੇ ਰਿਫਿਊਜੀ ਲਈ ਆ ਤੇ ਇਨਾ ਨੇ ਉਹਨਾਂ ਨੂੰ ਪੂਰੀ ਸਪੋਰਟ ਕੀਤੀ ਆ ਤੇ ਇਹ ਜਿਹੜੀ ਚੀਜ਼ ਇਹ ਹੋ ਗਈ ਇਹ ਹੋ ਗਈ ਉਹਨਾਂ ਦੀ ਗੱਲ ਇਸ ਤੋਂ ਇਲਾਵਾ ਹੋਰ ਜਿਹੜੀਆਂ ਫੈਸਿਲਟੀਆਂ ਆ ਜੰਗ ਲੜਨ ਵਾਸਤੇ ਜਿਹੜਾ ਲੜਾਈ ਵਾਸਤੇ ਬਹੁਤ ਸਾਰੇ ਹਥਿਆਰ ਜਾਂ ਇਦਾਂ ਦੀਆਂ ਚੀਜ਼ਾਂ ਸਾਰੀਆਂ ਅਮਰੀਕਾ ਨੇ ਇਸ ਤੋਂ ਬਾਅਦ ਹੋਰ ਜਿੰਨੇ ਵੀ ਕੰਟਰੀ ਆ ਯੂਰਪੀਅਨ ਯੂਨੀਅਨ ਦੇ ਕੰਟਰੀ ਆ ਇਹਨਾਂ ਨੇ ਵੀ ਜਿਹੜੀ ਆ ਉਹਦੀ ਸਪੋਰਟ ਕੀਤੀ ਤੇ ਅਜੇ ਤੱਕ ਵੀ ਸਪੋਰਟ ਕਰਦੇ ਪਏ ਆ ਸੋ ਇਸ ਤੋਂ ਇਲਾਵਾ ਜਿਹੜੀ ਹੁਣ ਨਵੀਂ ਗੱਲ ਆ ਕਿ ਬਹੁਤ ਸਾਰੇ ਕੰਟਰੀ ਆ ਜਿਹੜੇ ਯੂਰਪੀ ਯੂਨੀਅਨ ਦੇ ਵਿੱਚ ਆਉਣਾ ਚਾਹੁੰਦੇ ਆ ਯੂ ਦੇ ਮੈਂਬਰ ਬਣਨਾ ਚਾਹੁੰਦੇ ਆ ਕੁਝ ਸ਼ੈਂਗਨ ਜ਼ੋਨ ਦੇ ਮੈਂਬਰ ਬਣਨਾ ਚਾਹੁੰਦੇ ਆ ਯੂ ਦੇ ਮੈਂਬਰ ਬਣਨ ਵਾਸਤੇ ਬਹੁਤ ਸਾਰੇ ਕੰਟਰੀ ਆ ਜਿਨ੍ਹਾਂ ਨੇ ਐਪਲੀਕੇਸ਼ਨਾਂ ਦਿੱਤੀਆਂ ਜਾਂ ਦੇਣ ਬਾਰੇ ਸੋਚ ਰਹੇ ਆ ਜਾਂ ਇਸ ਵਿੱਚ ਆਉਣ ਬਾਰੇ ਸੋਚ ਰਹੇ ਆ ਉਹਦੇ ਵਿੱਚ ਆਲਰੇਡੀ ਜਿਹੜੇ ਚਾਰ ਕੰਟਰੀ ਸੀਗੇ ਉਹਨਾਂ ਚੋਂ ਇਹਨਾਂ ਨੇ ਇੱਕ ਕੰਟਰੀ ਨੂੰ ਸ਼ਾਮਲ ਕਰ ਲਿਆ ਸ਼ੈਂਗਨ ਜ਼ੋਨ ਵਿੱਚ ਆਸਟਰੀਆ ਘੋਸ਼ੀਆਂ ਨੂੰ ਪਿਛਲੇ ਸਾਲ ਤੇ ਦੋ ਕੰਟਰੀਆਂ ਦੀ ਹੁਣ ਗੱਲਬਾਤ ਚੱਲਦੀ ਵੀਰਮਾਨੀਆ ਬਲਗਰੀਆ ਦੀ ਇਤਮੈ ਸਾਈਪ੍ਰਸ ਜਿਹੜਾ ਯੂ ਦਾ ਮੈਂਬਰ ਆ ਯੂਰਪੀਅਨ ਯੂਨੀਅਨ ਦਾ ਮੈਂਬਰ ਆ ਤੇ ਉਹ ਆਲਰੇਡੀ ਹੈਗਾ ਬਟ ਉਹਦਾ ਹੁਣ ਕੀ ਬਣਦਾ ਉਹਦਾ ਫਿਊਚਰ ਦੇ ਵਿੱਚ ਪਤਾ ਲੱਗੂਗਾ ਇਤੋਂ ਇਲਾਵਾ ਹੋਰ ਜਿਹੜੀ ਕੰਟਰੀ ਆ ਉਹ ਯੂਰਪੀਅਨ ਯੂਨੀਅਨ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਉਹਦੇ ਵਿੱਚ ਹੋ ਗਿਆ ਸਰਬੀਆ ਹੋ ਗਿਆ ਮੌਂਟੇਨੀਗ੍ਰੋ ਹੋ ਗਿਆ ਉਤੋਂ ਇਲਾਵਾ ਹੁਣ ਰੀਸੈਂਟਲੀ ਜਿਹੜਾ ਜਿਸ ਕੰਟਰੀ ਕਰਕੇ ਔਰ ਲੱਗੀ ਆ ਯੂਕਰੇਨ ਹੋ ਗਿਆ ਸੋ ਇਦਾਂ ਇਹ ਜਿਹੜੇ ਕੰਟਰੀ ਆ ਇਹ ਆਲਰੇਡੀ ਯੂਰਪੀਅਨ ਯੂਨੀਅਨ ਵਿੱਚ ਸ਼ਾਮਲ ਹੋਣਾ ਚਾਹੁੰਦੇ ਸੀ ਕਿ ਬਟ ਪ੍ਰੋਬਲਮ ਆ ਰਹੀ ਹੈ ਹੁਣ ਪ੍ਰੋਬਲਮ ਦੋਵਾਂ ਪਾਸਿਆਂ ਤੋਂ ਚੱਲਦੀ ਆ ਰਹੀ ਹੈ ਤੇ ਯੂਕਰੇਨ ਨੂੰ ਸ਼ਾਮਲ ਕਰਨ ਵਾਸਤੇ ਜੇ ਯੂਕਰੇਨ ਦੀ ਸਾਰਾ ਯੂਰਪ ਜਿਹੜਾ ਪੂਰੀ ਸਪੋਰਟ ਕਰਦਾ ਵਾ ਤੇ ਇਹਨੂੰ ਸ਼ਾਮਲ ਕਿਉਂ ਨਹੀਂ ਕਰਦੇ ਪਏ ਮੁੱਦਾ ਇਹ ਆ ਨਵੀਂ ਪ੍ਰੋਬਲਮ ਯੂਕਰੇਨ ਨੂੰ ਫੇਸ ਕਰਨੀ ਪੈ ਰਹੀ ਆ ਕਿਉਂਕਿ ਇਸ ਸਾਲ ਵਿੱਚ ਜਿਹੜਾ ਯੂਰਪੀਅਨ ਯੂਨੀਅਨ ਦੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਜੇਲਨ ਸਕੀਨੇਮ ਹੀ ਕਿਹਾ ਕਿ ਸਾਨੂੰ ਜਿਹੜਾ ਯੂਰਪੀਅਨ ਯੂਨੀਅਨ ਵਿੱਚ ਸ਼ਾਮਲ ਕੀਤਾ ਜਾਵੇ ਬਟ ਉਹਦੇ ਵਿੱਚ ਸਾਰੀ ਕੰਟਰੀ ਐਗਰੀ ਆ ਹੰਗਰੀ ਜਿਹੜਾ ਐਗਰੀ ਨਹੀਂ ਹੋ ਰਿਹਾ ਹੰਗਰੀ ਪ੍ਰੋਬਲਮ ਕ੍ਰੀਏਟ ਕਰਦਾ ਪਿਆ ਹੰਗਰੀ ਨੇ ਬਹੁਤ ਸਾਰੇ ਕਲੇਮ ਜਿਹੜੇ ਲਾਤੇ ਯੂਕਰੇਨ ਦੇ ਉੱਤੇ ਕਿ ਨਹੀਂ ਅਸੀਂ ਇਸ ਕੰਟਰੀ ਨੂੰ ਨਹੀਂ ਸ਼ਾਮਲ ਕਰ ਸਕਦੇ ਜਿਹੜਾ ਰੇਲਵੇ ਸਿਸਟਮ ਉਹ ਬਹੁਤ ਵਧੀਆ ਨਹੀਂ ਹੈਗਾ ਫਿਰ ਹੋਰ ਇੰਦਾਂ ਦੇ ਬਹੁਤ ਸਾਰੇ ਜਿਹੜੇ ਸਿਸਟਮ ਜਿਹੜੇ ਬਹੁਤ ਸਾਰੀਆਂ ਚੀਜ਼ਾਂ ਵਾਂ ਤੇ ਉਹ ਉਹਨਾਂ ਦੇ ਉੱਤੇ ਇਹਨਾਂ ਨੇ ਹੰਗਰੀ ਨੇ ਨਾਰਾਜ਼ਗੀ ਜਿਹੜੀ ਜਤਾਈ ਆ ਬਟ ਹੰਗਰੀ ਜਿਹੜਾ ਕੰਟਰੀ ਆ ਉਹ ਕਿਤੇ ਨਾ ਕਿਤੇ ਇਹਦਾ ਹੰਗਰੀ ਕੰਟਰੀ ਆ ਉਹ ਰਸ਼ੀਆ ਦੇ ਜਿਹੜੇ ਪ੍ਰੈਜ਼ੀਡੈਂਟ ਉਹਦੇ ਨਾਲ ਬਹੁਤ ਵਧੀਆ ਸਬੰਧ ਆ ਇਸ ਕਰਕੇ ਯੂਰਪੀਅਨ ਯੂਨੀਅਨ ਨੇ ਆ ਕਿਆ ਸੀਗਾ ਜਦੋਂ ਲਾਸਟ ਟਾਈਮ ਫੰਡਿੰਗ ਹੁੰਦੀ ਸੀ ਜਦੋਂ ਬਹੁਤ ਜਿਹੜੀ ਹੈਲਪ ਕਰਦੇ ਸੀਗੇ ਯੂਕਰੇਨ ਦੀ ਉਦੋਂ ਹੰਗਰੀ ਨੇ ਵਿਰੋਧ ਕੀਤਾ ਸੀਗਾ ਯੂਰਪੀਅਨ ਯੂਨੀਅਨ ਦਾ ਕਿ ਤੁਸੀਂ ਯੂਕਰੇਨ ਦੀ ਜਿਹੜੀ ਹੈਲਪ ਨਾ ਕਰੋ ਬਟ ਉਹਦੇ ਵਿੱਚ ਉਹ ਤੋਂ ਇਲਾਵਾ ਹੋਰ ਇਦਾਂ ਦੀਆਂ ਬਹੁਤ ਪ੍ਰੋਬਲਮਾਂ ਸੀਗੀਆਂ ਜਾਂ ਹੰਗਰੀ ਦੀ ਰਸ਼ੀਆ ਦੇ ਨਾਲ ਨੇੜਤਾ ਕਰਕੇ ਇਹਨਾਂ ਨੇ ਯੂਰਪੀ ਯੂਨੀਅਨ ਨੇ ਹੰਗਰੀ ਦੇ ਪਿਛਲੇ ਦਸੰਬਰ ਵਿੱਚ ਜਿਹੜੇ ਆ ਬਹੁਤ ਸਾਰੇ ਫੰਡ ਰੋਕ ਰੋਕ ਦਿੱਤੇ ਸੀਗੇ तकरीबन 22 ਮਿਲੀਅਨ ਜਿਹੜਾ ਵਾ ਯੂਰਪੀ ਯੂਨੀਅਨ ਕੋਲੋਂ ਜਿਹੜਾ ਜਾਂਦਾ ਵਾ ਜਿਹੜਾ ਹੈਲਪ ਵਾਸਤੇ ਹਰ ਯੂਰਪੀ ਯੂਨੀਅਨ ਹਰ ਸ਼ੇਨਗਨ ਕੰਟਰੀ ਦਿੰਦਾ ਵਾ ਹੰਗਰੀ ਦੇ ਜਿਹੜੇ ਆ ਇੰਨੇ ਪੈਸੇ ਰੋਕ ਰੱਖੇ ਸੀਗੇ ਉਹਦਾ ਕਾਰਨ ਇਹ ਸੀ ਕਿ ਇਹ ਯੂਕਰੇਨ ਦੀ ਸਪੋਰਟ ਨਹੀਂ ਕਰਦਾ ਰਸ਼ੀਆ ਦੀ ਸਪੋਰਟ ਕਰਦਾ ਵਾ ਰਸ਼ੀਆ ਦੇ ਪ੍ਰੈਜ਼ੀਡੈਂਟ ਨਾਲ ਇਹਦਾ ਦੇ ਸੰਬੰਧ ਵਧੀਆ ਹੈਗੇ ਬਟ ਉਹਦੇ ਵਿੱਚ ਇਹ ਯੂਰਪੀਅਨ ਦੀ ਨਹੀਂ ਸੁਣਦਾ ਸੀਗਾ ਸੋ ਇਸ ਗੱਲ ਤੋਂ ਨਰਾਜ ਹੋ ਕੇ ਯੂਰਪੀਅਨ ਨੇ ਇਹ ਕਾਰਵਾਈ ਕੀਤੀ ਸੀਗੀ ਬਟ ਇਹਦੇ ਵਿੱਚ ਹੰਗਰੀ ਦਾ ਕਹਿਣਾ ਵਾ ਕਿ ਜੇ ਅਸੀਂ ਇਹਨਾਂ ਕੰਟਰੀਆਂ ਨੂੰ ਬਣਾ ਕੇ ਰੱਖਾਂਗੇ ਸਾਨੂੰ ਗੈਸ ਉਤਮ ਜੀਲ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸਸਤੇ ਭਾਅ ਵਿੱਚ ਮਿਲ ਸਕਦੀਆਂ ਜਾਂ ਕਿ ਯਾਰ ਲਾਸਟ ਟਾਈਮ ਵਿੱਚ ਪੁਤਿਨ ਨੇ ਜਿਹੜਾ ਵਾ ਗੈਸ ਦਾ ਪ੍ਰੋਬਲਮ ਜਿਹੜੀ ਕੀਤੀ ਸੀਗੀ ਯੂਰਪੀ ਯੂਨੀਅਨ ਵਾਸਤੇ ਯੂਰਪ ਵਾਸਤੇ ਗੈਸ ਬੰਦ ਕਰ ਦਿੱਤੀ ਸੀ ਆਇਲ ਘਟਾ ਦਿੱਤਾ ਸੀਗਾ ਬਟ ਹੁਣ ਯੂਰਪੀ ਯੂਨੀਅਨ ਦਾ ਕਹਿਣਾ ਹੈ ਜੇ ਅਸੀਂ ਯੂਕਰੇਨ ਨੂੰ ਯੂਰਪੀ ਯੂਨੀਅਨ ਵਿੱਚ ਲੈ ਕੇ ਆਉਂਦੇ ਆ ਉਹਦੇ ਨਾਲ ਸਾਡਾ ਬਹੁਤ ਵੱਡਾ ਫਾਇਦਾ ਹੋਣ ਵਾਲਾ ਜਿਹੜਾ ਕਿ ਖਾਣ ਪੀਣ ਦੀਆਂ ਚੀਜ਼ਾਂ ਚ ਮੰਗਾਈ ਹੋਈ ਹੈ ਉਹਦੇ ਵਿੱਚ ਸਾਡੀ ਹੈਲਪ ਕਰੂਗਾ ਯੂਕਰੇਨ ਕਿਉਂਕਿ ਯੂਕਰੇਨ ਦੇ ਵਿੱਚ ਕਣਕ ਬਹੁਤ ਜ਼ਿਆਦਾ ਗਿਣਤੀ ਵਿੱਚ ਹੁੰਦੀ ਹੈ ਠੀਕ ਆ ਤੇ ਉਹ ਜਿਹੜੀ ਕਣਕ ਉਹ ਐਕਸਪੋਰਟ ਕਰ ਸਕਦੇ ਉਹ ਖਰੀਦ ਸਕਦਾ ਵਾ ਯੂਰਪ ਕਿਉਂਕਿ ਹੁਣ ਵੌਰ ਕਰਕੇ ਜਿਹੜਾ ਵਾ ਕੁਝ ਜਿਆਦਾ ਕੁਝ ਨਹੀਂ ਹੋ ਰਿਹਾ ਉੱਥੇ ਬਟ ਯੂਰਪ ਦਾ ਯੂਕਰੇਨ ਇਦਾਂ ਦਾ ਕੰਟਰੀ ਆ ਜਿਹਦੇ ਵਿੱਚ ਕਣਕ ਬਹੁਤ ਜਿਆਦਾ ਹੁੰਦੀ ਆ ਰਸ਼ੀਆ ਦੇ ਤੱਕ ਵਿੱਚ ਬਹੁਤ ਜਿਆਦਾ ਕਣਕ ਹੋਰ ਖਾਣ ਵਾਲੇ ਖਾਣ ਪੀਣ ਵਾਲੇ ਜਿਹੜੇ ਸਮਾਨ ਜਿਹੜੇ ਉਗਾਏ ਜਾਂਦੇ ਆ ਤੇ ਉਹ ਜਿਹੜਾ ਯੂਰਪ ਖਰੀਦਦਾ ਵਾ ਬਟ ਵੌਰ ਕਰਕੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਆ ਪਤ ਇਸ ਗੱਲ ਦੇ ਉੱਤੇ ਯੂਰਪੀਅਨ ਯੂਨੀਅਨ ਦਾ ਕਹਿਣਾ ਕਿ ਜੇ ਯੂਰਪੀਅਨ ਯੂਨੀਅਨ ਚ ਆਉਂਦਾ ਤਾਂ ਸਾਨੂੰ ਇਹ ਜਿਹੜੀ ਪ੍ਰੋਬਲਮ ਆ ਖਾਣ ਪੀਣ ਦੀ ਜਿਹੜੀ ਮਹਿੰਗਾਈ ਵਧ ਰਹੀ ਆ ਉਹਦੇ ਤੇ ਅਸੀਂ ਕੰਟਰੋਲ ਕਰ ਸਕਦੇ ਆ ਬਟ ਇਹਦੇ ਵਿੱਚ ਜਿਹੜਾ ਹੰਗਰੀ ਦਾ ਪ੍ਰੈਜ਼ੀਡੈਂਟ ਆ ਉਹ ਐਗਰੀ ਨਹੀਂ ਹੈਗਾ ਜਦਕਿ ਜ਼ੇਲੈਂਸਕੀ ਨੇ ਕਿਹਾ ਕਿ ਹੰਗਰੀ ਦੇ ਤਕਰੀਬਨ 70000 ਲੋਕ ਆ ਜਿਹੜੇ ਔਰ ਤੋਂ ਪਹਿਲਾਂ ਯੂਕਰੇਨ ਦੇ ਵਿੱਚ ਕੰਮ ਕਰਦੇ ਸੀਗੇ ਯੂਕਰੇਨ ਦੇ ਵਿੱਚ ਰਹਿੰਦੇ ਸੀਗੇ ਹਾਲਾਂਕਿ ਹੰਗਰੀ ਦਾ ਇਤਿਹਾਸ ਵੀ ਯੂਕਰੇਨ ਦੇ ਜਿਹੜੀ ਆ ਪੜ੍ਹਾਈ ਆ ਸਟਡੀ ਉਹਦੇ ਵਿੱਚ ਪੜਾਇਆ ਜਾਂਦਾ ਵਾ ਬਟ ਉਹ ਕਿਸੇ ਗੱਲ ਦੇ ਨਾਲ ਐਗਰੀ ਨਹੀਂ ਹੁੰਦਾ ਪਿਆ ਯੂਰਪੀਅਨ ਯੂਨੀਅਨ ਦੇ ਵਿੱਚ ਉਹ ਕਹਿੰਦਾ ਕਿ ਇਹਨੂੰ ਅਸੀਂ ਨਹੀਂ ਲੈ ਕੇ ਆ ਸਕਦੇ ਇਹਦਾ ਇੱਕ ਦੂਸਰਾ ਕਾਰਨ ਇਹ ਵੀ ਹੈਗਾ ਬਹੁਤ ਸਾਰੇ ਯੂਰਪ ਦੇ ਕੰਟਰੀ ਸੋਚਦੇ ਆ ਕਿ ਜੇ ਅਸੀਂ ਯੂਰਪੀਅਨ ਯੂਨੀਅਨ ਨੂੰ ਜਿਆਦਾ ਵੱਡਾ ਕਰਾਂਗੇ ਉਨਾ ਹੀ ਸਾਡੇ ਤੇ ਖਰਚੇ ਦਾ ਪ੍ਰੈਸ਼ਰ ਪਊਗਾ ਉਨਾਂ ਹੀ ਸਾਨੂੰ ਜਿਹੜਾ ਵਾ ਦੂਸਰੇ ਕੰਟਰੀ ਦੇ ਹੈਲਪ ਕਰਨੀ ਪਊਗੀ ਯੂਰਪ ਦੇ ਜਿੰਨੇ ਵੀ ਕੰਟਰੀ ਜਿੰਨੇ ਵੀ ਜਾਦੇ ਜ਼ਿਆਦਾ ਐਕਸ਼ਨ ਗਨ ਜੋਨ ਵੱਡਾ ਹੋਊਗਾ ਉਨਹੀਂ ਸਾਨੂੰ ਪ੍ਰੋਬਲਮ ਜਿਹੜੀ ਆਊਗੀ ਸੋ ਇਹ ਵੀ ਜਿਹੜੀ ਚੀਜ਼ਾਂ ਜਿਹੜੀਆਂ ਨਾਲ ਚੱਲਦੀਆਂ ਪਈਆਂ ਵਾ ਇਸ ਟਾਈਮ ਜਿਹੜਾ ਵਾ ਹੁਣ ਜ਼ੇਲੈਂਸਕੀ ਜਿਹੜਾ ਵਾ ਟਰਾਈ ਕਰਦਾ ਪਿਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਯੂਰਪੀਨ ਯੂਨੀਅਨ ਵਿੱਚ ਸ਼ਾਮਲ ਕੀਤਾ ਜਾਵੇ ਬਟ ਹੰਗਰੀ ਜਿਹੜਾ ਐਗਰੀ ਨਹੀਂ ਹੈਗਾ ਇਤੋਂ ਅਲਾਵਾ ਪੋਲੈਂਡ ਵੀ ਹੈ ਐਗਰੀ ਨਹੀਂ ਹੈਗਾ ਪੋਲੈਂਡ ਵੀ ਕਿਤੇ ਨਾ ਕਿਤੇ ਜਿਹੜਾ ਵਾ ਨਾ ਹਾਂ ਕਰ ਰਿਹਾ ਕਿਉਂਕਿ ਪੋਲੈਂਡ ਦਾ ਕਹਿਣਾ ਕਿ ਬਹੁਤ ਜ਼ਿਆਦਾ ਜਿਹੜੇ ਇਮੀਗ੍ਰੈਂਟ ਆ ਉਹ ਇਹਨਾਂ ਦੇ ਕੰਟਰੀ ਵਿੱਚ ਆਏ ਇਹ ਤੋਂ ਇਲਾਵਾ ਇੱਕ ਦੋ ਵਾਰੀ ਜਿਹੜਾ ਗਲਤ ਜਿਹੜੇ ਹਮਲੇ ਵੀ ਇਹਨਾਂ ਦੇ ਕੰਟਰੀ ਵਿੱਚ ਹੋਏ ਆ ਮਤਲਬ ਕਿ ਗਲਤੀ ਨਾਲ ਬਾਰਡਰ ਲਾਈਨ ਦੇ ਅੰਦਰ ਪੋਲੈਂਡ ਦੇ ਅੰਦਰ ਵੀ ਜਿਹੜੇ ਆ ਹਮਲੇ ਹੋਏ ਆ ਯੂਕਰੇਨ ਵੱਲੋਂ ਤੇ ਇਹਨਾਂ ਚੀਜ਼ਾਂ ਕਰਕੇ ਕਿਤੇ ਨਾ ਕਿਤੇ ਜਿਹੜਾ ਪੋਲੈਂਡ ਉਹ ਵੀ ਨਹੀਂ ਚਾਹੁੰਦਾ ਕਿ ਇਹ ਜਿਹੜਾ ਯੂਰਪੀਅਨ ਯੂਨੀਅਨ ਦਾ ਮੈਂਬਰ ਬਣੇ ਸੋ ਇਹ ਹੀ ਚੀਜ਼ਾਂ ਨਾ ਤਾਂ ਉਹਨੂੰ ਨਾਟੋ ਦਾ ਮੈਂਬਰ ਬਣਾ ਰਹੇ ਤੇ ਨਾ ਇਹਨੂੰ ਯੂਰਪੀਨ ਯੂਨੀਅਨ ਦਾ ਮੈਂਬਰ ਬਣਾ ਰਿਹਾ ਸੋ ਇਹ ਜਿਹੜੀ ਪ੍ਰੋਬਲਮ ਆ ਬਟ ਜਲਨਸਕੀ ਆਪਣੀ ਟਰਾਈ ਕਰ ਰਿਹਾ ਕਿ ਹੋ ਸਕਦਾ ਕਿ ਉਹਨੂੰ ਕਿਤੇ ਨਾ ਕਿਤੇ ਇਹ ਯੂਰਪੀਨ ਯੂਨੀਅਨ ਵਿੱਚ ਸ਼ਾਮਿਲ ਕਰਨ ਲੈਣ ਇਸ ਕਰਕੇ ਹੋਏ ਉਹ ਇਹ ਟਰਾਈ ਕਰ ਰਿਹਾ ਬਟ ਹੰਗਰੀ ਜਿਹੜਾ ਕਿਤੇ ਨਾ ਕਿਤੇ ਨਹੀਂ ਮੰਨਦਾ ਪਿਆ ਸੋ ਇਹ ਜਿਹੜੀ ਗੱਲ ਸੀਗੀ ਇਹ ਤੁਹਾਡੇ ਨਾਲ ਜਰੂਰ ਸ਼ੇਅਰ ਕਰਨੀ ਸੀਗੀ ਕਿਉਂਕਿ ਬੜੀ ਇੰਟਰਸਟਿੰਗ ਸੀਗੀ ਕਿਉਂਕਿ ਵਾਰ ਲੱਗੀ ਆ ਵਾਰ ਦੇ ਵਿੱਚ ਹੀ ਜਿਹੜਾ ਕਾਫੀ ਪ੍ਰੋਬਲਮਾਂ ਚੱਲਦੀਆਂ ਪਈਆਂ ਤੇ ਉਹਦੇ ਵਿੱਚ ਚੀਜ਼ਾਂ ਅਨਸਕੀ ਨੇ ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਉਹਨੇ ਟਰਾਈ ਕੀਤੀ ਕਿ ਮੈਨੂੰ ਯੂਰਪੀਅਨ ਯੂਨੀਅਨ ਵਿੱਚ ਤੁਸੀਂ ਸ਼ਾਮਲ ਕਰੋ ਕਿਉਂਕਿ ਹੁਣ ਜਲਾਸ ਹੋ ਰਿਹਾ ਵਾ ਇਸ ਸ ਮਹੀਨੇ ਦੇ ਵਿੱਚ ਯੂਰਪੀਅਨ ਯੂਨੀਅਨ ਦੀ ਮੀਟਿੰਗ ਹੋਗੀ ਉਹਦੇ ਵਿੱਚ ਸਾਰੇ ਜਿਹੜੇ ਇਦਾਂ ਦੇ ਪੱਖ ਜਿਹੜੇ ਐਪਲੀਕੇਸ਼ਨਾਂ ਦੇਖੀਆਂ ਜਾਂਦੀਆਂ ਕਿਹੜੇ ਕੰਟਰੀ ਨੂੰ ਸ਼ਾਮਲ ਕਰਨਾ ਵਾ ਕਿਹਨੂੰ ਯੂਰਪੀਅਨ ਯੂਨੀਅਨ ਵਿੱਚ ਸ਼ਾਮਲ ਕਰਨਾ ਕਿਹਨੂੰ ਕੀ ਕਰਨਾ ਸਾਰਾ ਕੁਝ ਇਸੇ ਮਹੀਨੇ ਜਿਹੜੇ ਬਿਲ ਪਾਸ ਕੀਤੇ ਜਾਣਗੇ ਸੋ ਇਹ ਸੀਗੀ ਤੁਹਾਡਾ ਨਾਲ ਵੀਡੀਓ ਬਾਕੀ ਬਣੇ ਰਹੋ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਪੋਰਟ ਕਰੋ ਕਿਉਂਕਿ ਆਪਾਂ ਇਦਾਂ ਦੀਆਂ ਵੀਡੀਓ ਯੂਰਪ ਨਾਲ ਰਿਲੇਟਡ ਵੀ ਜੋਬ ਨਾਲ ਰਿਲੇਟਡ ਵੀਡੀਓ ਜਿਹੜੀਆਂ ਇੱਥੇ ਵਿਜ਼ਨ ਆ ਰਿਲੇਟਡ ਵੀਡੀਓ ਯੂਰਪ ਦੇ ਜਿੰਨੇ ਵੀ ਕੰਟਰੀ ਆ ਤੇ ਆਪਾਂ ਲੈ ਕੇ ਆਉਂਦੇ ਰਹਿੰਦੇ ਆ ਸੋ ਧੰਨਵਾਦ ਹੀ ਸਾਰਿਆਂ ਦਾ ਥੈਂਕ ਯੂ ਸਸਤ੍ਰੀ ਕਾ